ਚਾਰ ਸਾਗਰ ਤੋਂ ਤਰਦੇ ਹਾਂ ਸਾਧੂ ਕੀ ਜੋ ਲਹੇ ਕੋਲ ਰਹਿੰਦੇ ਜਿਹੜੇ ਚੰਦਨ 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 ਕੋਲ ਰਹਿੰਦੇ ਜ
ਸਮਾਗਮ ਦਾ ਜੋ ਆਯੋਜਨ ਕੀਤਾ ਗਿਆ ਗੁਰੂ ਪਿਆਰੀ ਸਤਸੰਗਤ ਸੋ ਦਾਸ ਧੰਨ ਧੰਨ
ਜੀ ਮਹਾਰਾਜ ਜੋ ਕਿ ਵਿਦੇਸ਼ ਗਏ ਨੇ, ਸੋ ਉਹਨਾਂ ਦੇ ਹੁਕਮਾਂ ਨਿਰਦੇਸ਼ਾਂ ਅਨੁਸਾਰ ਦਾਸ ਅੱਜ ਦੇ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚੇ। ਸੋ ਗੁਰੂ ਪਿਆਰੇ ਸਾਧ ਸੰਗਤ ਜੀ ਮਹਾਨ ਮਹਾਂਪੁਰਸ਼ਾਂ ਵੱਲੋਂ ਮੈਂ ਅੱਜ ਦੇ ਸਮਾਗਮ 'ਤੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 494 ਜੋਤੀ ਜੋਤ 'ਤੇ ਨਮਨ ਕਰਦਾ ਹਾਂ, ਕੋਟ ਕੋਟ ਪ੍ਰਣਾਮ ਕਰਦਾ ਹਾਂ ਔਰ ਸੰਤ ਬਾਬਾ ਆਨੰਦ ਦਾਸ ਮਹਾਰਾਜ ਜੀ ਦੀ 7ਵੀਂ ਬਰਸੀ 'ਤੇ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਕਿ ਕੱਲ੍ਹ ਨੂੰ ਡੇਰਾ ਸੱਚਖੰਡ ਪੰਡਵਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 494 ਜੋ ਜੋਤੀ ਜੋਤ ਦਿਵਸ ਜਿਹੜਾ ਆ ਔਰ ਜੋ ਮਹੀਨਾਵਾਰ ਸਮਾਗਮ ਸਰਬੱਤ ਦੇ ਭਲੇ ਵਾਸਤੇ ਕਰਵਾਇਆ ਜਾਂਦਾ ਉਹ ਬੜੀ ਧੂਮਧਾਮ ਦੇ ਨਾਲ ਕਰਵਾਇਆ ਜਾ ਰਿਹਾ ਡੇਰਾ ਸਤਸੰਗ ਪੰਡਵਾ ਵਿਖੇ। ਔਰ ਕੱਲ੍ਹ ਰੋਜ਼ ਤੋਂ 5 ਸ਼੍ਰੀ ਅਖੰਡ ਸਾਹਿਬ ਜੀ ਪ੍ਰਾਰੰਭ ਸਨ, ਸੋ ਦਾਸ ਫਿਰ ਵੀ ਥੋੜ੍ਹੇ ਸਮੇਂ ਵਾਸਤੇ ਆ ਸਭ ਸੰਗਤਾਂ ਦੇ ਦਰਮਿਆਨ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਮੈਂ ਧੰਨਵਾਦੀ ਹਾਂ ਸਕੱਤਰ ਸਾਹਿਬ ਦੇ ਜਿਨ੍ਹਾਂ ਨੇ ਦਾਸਾਂ ਨੂੰ ਥੋੜ੍ਹਾ ਸਮਾਂ ਦਿੱਤਾ ਅਤੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਕੀਤਾ। ਸੋ ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦਾ ਕੋਟ ਕੋਟ ਧੰਨਵਾਦ ਔਰ ਉਚੇਚੇ ਤੌਰ 'ਤੇ ਧੰਨਵਾਦੀ ਹਾਂ। ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸੰਤ ਬਾਬਾ ਜਸਵਿੰਦਰ ਸਿੰਘ ਜੀ ਮਹਾਰਾਜ ਡੇਰਾ ਸੱਚਖੰਡ ਡਾਂਡੀਆਂ ਜਿਨ੍ਹਾਂ ਨੇ ਦਾਸਾਂ ਨੂੰ ਆਪ ਸਭ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦਾ ਕੁੱਟ ਕੁੱਟ ਧੰਨਵਾਦ।